ਇਹਨਾਂ ਨੂੰ ਕਿ ਦੋਵੇਂ ਜਿਹੜੇ ਨੇ ਪੰਜਾਬੀ ਇਕੱਠੇ ਹੋਣਗੇ ਅਤੇ ਰਲ ਮਿਲ ਕੇ ਗੱਲਾਂ ਕਰਾਂਗੇ, ਆਪਣੀ ਪੁਰਾਣੀਆਂ ਪਹਿਚਾਣਗੇ ਅਤੇ ਸਾਰੀ ਬੜੀ ਖੁਸ਼ੀ ਹੋਈ ਸਾਰਿਆਂ ਨੂੰ। ਇਹ ਜਿਹੜਾ ਕੰਮ ਹੋਇਆ ਇਹ ਬੜਾ ਬਿਹਤਰ ਹੋਇਆ ਅਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਇਸ ਦੀ ਕਿ ਰਾਹ ਚਾਲੂ ਹੋ ਜਾਵੇ ਉਹਨਾਂ ਦੇ ਵੀ, ਚਲੋ ਕੋਈ ਦਰਸ਼ਨ ਦੁਰਸ਼ਨ ਹੁੰਦੇ ਰਹਿਣ ਅਤੇ ਸਾਨੂੰ ਬੜੀ ਖੁਸ਼ੀ ਹੈ ਮਿਲਣ। ਇਹ ਬੜੀ ਅੱਛੀ ਗੱਲ ਹੈ, ਇਹ ਘੁੰਮਣ ਦਾ ਬੜਾ ਵੱਡਾ ਫੈਸਲਾ ਜੀ। ਪੁਰਾਣੀਆਂ ਸਾਈਆਂ ਤਾਜ਼ੀਆਂ ਹੋਣਗੀਆਂ, ਅਸੀਂ ਚਾਹੁੰਦਾ ਭੈਣ ਭਰਾਵਾਂ ਨੂੰ ਮਿਲਣ ਜਿਵੇਂ ਅੱਗੇ ਮਿਲਦੇ ਸਨ ਤਾਂ ਸਹੀ ਹੈ। ਹੁਣ ਵੀ ਤਾਂ ਰਹਿੰਦੇ ਨੇ ਨਾ ਜੀ, ਇੱਥੇ ਆਏ ਤਾਂ ਨੇ, ਰਹਿੰਦੇ ਨਹੀਂ ਉਹ ਗੁਰਦੁਆਰੇ ਤੋਂ ਰਸਤਾ ਉਹਨਾਂ ਅਦਾਲਤ ਦਿੱਤੀ ਹੈ ਅਤੇ ਤਾਂ ਹੀ ਆਏ ਤੇ ਨੇ, ਨਹੀਂ ਤਾਂ ਅੱਗੇ ਨਹੀਂ ਸੀ ਕੋਈ। ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਜਿਹੜੇ ਕਿ ਸਿੱਖ ਕਮਿਊਨਿਟੀ ਵਾਸਤੇ ਬਹੁਤ ਸਰਗਰਮ ਨੇ, ਉਹਨਾਂ ਨੇ ਅੱਜ ਕਰਤਾਰਪੁਰ ਸਾਹਿਬ ਦਾ ਵਿਜ਼ਿਟ ਕੀਤਾ ਔਰ ਇੱਥੇ ਜਾਰੀ ਕੰਮਾਂ ਦਾ ਜਾਇਜ਼ਾ ਲੈ ਕੇ ਬੜੇ ਇਤਮਾਨ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਅੰਦਰ ਸਿੱਖ ਕਮਿਊਨਿਟੀ ਵਾਸਤੇ, ਹਿੰਦੂਆਂ ਵਾਸਤੇ, ਕ੍ਰਿਸਚਨਸ ਵਾਸਤੇ ਬਹੁਤ ਜ਼ਿਆਦਾ ਟੂਰਿਸਟ ਮੁਕਾਮ ਨੇ ਔਰ ਇਸ ਤੋਂ ਇਲਾਵਾ ਬੁੱਧਿਸਟ ਵਾਸਤੇ ਟੈਕਸਲਾ ਦੇ ਮੁਕਾਮ ਅਤੇ ਇੱਕ ਬਹੁਤ ਤਾਰੀਖੀ ਟੂਰਿਸਟ ਮੁਕਾਮ ਹੈ ਔਰ ਇਸ ਤੋਂ ਇਲਾਵਾ ਇੱਥੇ ਦਾਤਾ ਗੰਜਬਖਸ਼, ਬਾਬਾ ਫਰੀਦ ਵਰਗੇ ਬਹੁਤ ਵੱਡੇ ਵੱਡੇ ਸੂਫੀ ਬਜ਼ੁਰਗ ਨੇ ਔਰ ਇਹਨਾਂ ਤੋਂ ਇਲਾਵਾ ਬਹੁਤ ਜ਼ਿਆਦਾ ਇਸਲਾਮਿਕ ਸ਼ਰਾਈਨਸ ਨੇ ਜਿਨ੍ਹਾਂ ਦਾ ਲੋਕ ਵਿਜ਼ਿਟ ਕਰਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਵੀ ਇੰਡੀਅਨ ਸਿੱਖ ਕਮਿਊਨਿਟੀ ਨਾਲ ਮਿਲਣਾ ਅਤੇ ਉਹ ਬਾਬਾ ਫਰੀਦ ਔਰ ਮੀਆਂ ਮੀਰ ਵਰਗੇ ਵੱਡੇ ਸੂਫੀ ਬਜ਼ੁਰਗਾਂ ਦਾ ਨਾਮ ਬਹੁਤ ਇਹਤਰਾਮ ਔਰ ਮੁਹੱਬਤ ਨਾਲ ਲੈਂਦੇ ਨੇ ਔਰ ਉਹ ਵੀ ਇਹਨਾਂ ਜਗ੍ਹਾ ਨੂੰ ਵਿਜ਼ਿਟ ਕਰਨਾ ਚਾਹੁੰਦੇ ਨੇ। ਮੈਨੂੰ ਯਕੀਨ ਹੈ ਕਿ ਅਗਲੇ 3 ਤੋਂ 5 ਸਾਲਾਂ ਦੇ ਅੰਦਰ ਪਾਕਿਸਤਾਨ 'ਚ 4 ਤੋਂ 5 ਬਿਲੀਅਨ ਟੂਰਿਸਟ ਪਾਕਿਸਤਾਨ ਆਉਣਗੇ। ਇੱਕ ਸਵਾਲ ਦੇ ਜਵਾਬ 'ਤੇ ਉਹਨਾਂ ਨੇ ਕਿਹਾ ਕਿ ਅਸੀਂ ਇੰਡੀਅਨ ਗੌਰਮੈਂਟ ਨਾਲ ਪੂਰੀ ਫਲੈਕਸੀਬਿਲਟੀ ਵਿਖਾ ਰਹੇ ਹਾਂ ਕਿਉਂਕਿ ਇਹ ਇੱਕ ਸਿਆਸੀ ਨਹੀਂ ਬਲਕਿ ਮਜ਼ਹਬੀ ਮਸਲਾ ਹੈ, ਸਿੱਖਾਂ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਇੰਡੀਆ, ਪਾਕਿਸਤਾਨ ਔਰ ਇਸ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਮੁਲਕ ਤੋਂ ਪਾਕਿਸਤਾਨ ਆਉਣ ਔਰ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੇ ਮੌਕੇ 'ਤੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਨ।